हिले लुया, हिले लुया है ये। इसका मीनिंग क्या है, इसका मतलब क्या है? ये कोई गंदी गाली है जो ऐसे ले नहीं सकते। ਪੱਗਾਂ ਬੰਨੀਆਂ ਹੁੰਦੀਆਂ, ਦਾੜੇ ਛੱਡੇ ਹੁੰਦੇ ਆ, ਕਾਤਰੇ ਪਾਏ ਹੁੰਦੇ ਆ, ਅਸੀਂ ਸਾਡੀਆਂ ਮਾਵਾਂ ਭੈਣਾਂ ਹੁੰਦੀਆਂ ਬੈਠੀਆਂ, ਉਹ ਮਗਰ ਹਲਾਲੂਇਆ 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 ਮਗਰ ਉਹ ਕਰੀ ਜਾਂਦੀਆਂ। ਹਲੇਲੂਇਆ ਸ਼ਬਦ ਨੂੰ ਬਹੁਤ ਹੀ ਬੇਤੁਕੇ ਤਰੀਕੇ ਦੇ ਨਾਲ ਉਹਨੇ ਹਲਾਲੂਇਆ ਸ਼ਬਦ ਜਿਹੜਾ ਬੋਲਿਆ, ਔਰ ਸਾਡੇ ਇਸ ਸ਼ਬਦ ਦੀ ਉਹਨੇ ਬੇਅਦਬੀ ਕੀਤੀ ਆ, ਔਰ ਅਸੀਂ ਉਹਨਾਂ ਤਿੰਨਾਂ ਦੇ ਔਰ ਪਲੱਸ ਲੱਖਾਂ ਸਧਾਣਾਂ ਦੇ ਖਿਲਾਫ ਅਸੀਂ ਅੱਜ ਮੈਮੋਰੈਂਡਮ ਦੇ ਦਿੱਤਾ ਆ। ਉਹ ਸਾਡੇ ਕਮਿਸ਼ਨਰ ਸਾਹਿਬ ਨੇ ਜਿਹੜਾ ਉੱਥੇ SSP ਸਾਹਿਬ ਨਾਲ ਗੱਲ ਕੀਤੀ ਆ, ਔਰ ਇਨਵੈਸਟੀਗੇਸ਼ਨ ਪ੍ਰੋਪਰ ਚੱਲ ਰਹੀ ਹੈਗੀ ਆ, ਔਰ ਉਹ ਬੰਦਿਆਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਸਮਾਜ ਸੇਵੀ ਲੱਖਾ ਸਿਧਾਣਾ ਨਵੇਂ ਵਿਵਾਦ ਦੇ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ। ਸਿਧਾਣਾ ਦੇ ਉੱਪਰ ਈਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਲੱਗੇ ਨੇ। ਜਲੰਧਰ ਦੇ ਵਿੱਚ ਈਸਾਈ ਭਾਈਚਾਰੇ ਦੇ ਆਗੂਆਂ ਨੇ DCP ਪਲਕਾਰ ਸਿੰਘ ਨੂੰ ਮੰਗ ਪੱਤਰ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਲੱਖਾ ਸਿਧਾਣਾ ਨੇ ਈਸਾਈ ਧਰਮ ਦੀਆਂ ਧਾਰਮਿਕ ਭਾਵਨਾਵਾਂ ਦਾ ਮਜ਼ਾਕ ਉਡਾਇਆ ਹੈ, ਇਸ ਲਈ ਉਸਦੇ ਉੱਪਰ ਮਾਮਲਾ ਦਰਜ ਹੋਣਾ ਚਾਹੀਦਾ ਹੈ। ਈਸਾਈ ਭਾਈਚਾਰੇ ਦੇ ਲੋਕਾਂ ਦਾ ਦੋਸ਼ ਹੈ ਕਿ ਲੱਖਾ ਸਿਧਾਣਾ ਦੇ ਵੱਲੋਂ ਉਹਨਾਂ ਦੇ ਧਾਰਮਿਕ ਸ਼ਬਦ ਨੂੰ ਗਲਤ ਤਰੀਕੇ ਨਾਲ ਬੋਲ ਕੇ ਉਸਦੀ ਬੇਅਦਬੀ ਕੀਤੀ ਗਈ ਹੈ। ਹੁਣ ਇੱਕ ਹਲਾਲੂਇਆ ਵਾਲੇ ਆਏ ਆ, ਹਲਾਲੂਇਆ ਦੇਖਿਆ ਨਾ, ਉਹ ਕੀ ਕਰਦੇ ਆ, ਆ ਬੜਾ ਵੱਡਾ ਇਕੱਠ ਹੁੰਦਾ ਲੱਗਿਆ ਵਾ ਉੱਥੇ ਮੇਲਾ ਪੂਰਾ, ਇੱਕ ਜਵਾਕ ਨੂੰ ਸਟੇਜ ਤੇ ਪਾ ਲੈਂਦੇ ਆ, ਕਹਿੰਦੇ ਜੀ ਇਹ ਮਰ ਗਿਆ ਜਵਾਕ, ਤੈਨੂੰ ਆਪਾਂ ਜਿਉਂਦਾ ਕਰਨਾ ਹੈ। ਥੋੜੇ ਚਿਰ ਬਾਅਦ ਪਤਾ ਨਹੀਂ ਕੀ ਡਰਾਮਾ ਆ, ਰਚਦੇ ਆ ਜਵਾਕ ਜਿਉਂਦਾ ਹੋ ਜਾਂਦਾ। ਹੁਣ ਯਾਰ ਇਹ ਮੰਨਣ 'ਚ ਆਊਗੀ ਗੱਲ ਕਿ ਇੱਕ ਮਰੇ ਹੋਏ ਜਵਾਕ ਨੂੰ ਜਾਂ ਇਨਸਾਨ ਨੂੰ ਕੋਈ ਜਿਉਂਦਾ ਕਰਦੇ? ਪਰ ਸਾਡੇ ਲੋਕ ਉੱਥੇ ਪੱਗਾਂ ਬੰਨੀਆਂ ਹੁੰਦੀਆਂ, ਦਾੜੇ ਛੱਡੇ ਹੁੰਦੇ ਆ, ਗਾਤਰੇ ਪਾਏ ਹੁੰਦੇ ਆ, ਅਸੀਂ ਸਾਡੀਆਂ ਮਾਵਾਂ ਭੈਣਾਂ ਹੁੰਦੀਆਂ ਬੈਠੀਆਂ, ਉਹ ਮਗਰ ਹਲਾਲੂਇਆ ਹਲਾਲੂਇਆ ਮਗਰ ਉਹ ਕਰੀ ਜਾਂਦੀਆਂ ਹੁੰਦੀਆਂ। ਅੱਜ ਅਸੀਂ ਯੂਨਾਈਟਿਡ ਪਾਸਟਰ ਵੈਲਫੇਅਰ ਐਸੋਸੀਏਸ਼ਨ ਅਤੇ ਪੰਜਾਬ ਕ੍ਰਿਸਚਨ ਮੂਵਮੈਂਟ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ ਪੁਲਿਸ ਕਮਿਸ਼ਨਰ ਦੇ ਸਾਹਮਣੇ ਅੱਜ ਅਸੀਂ ਮੈਮੋਰੈਂਡਮ ਲੈ ਕੇ ਮੈਮੋਰੈਂਡਮ ਦੇ ਚੁੱਕੇ ਹਾਂ, ਔਰ ਪਿਛਲੇ ਦਿਨਾਂ ਦੇ ਵਿੱਚ ਜੋ ਭਾਰਤੀ ਸਿੰਘ, ਫਰਾਹ ਖਾਨ ਅਤੇ ਰਵੀਨਾ ਟੰਡਨ ਦੇ ਵੱਲੋਂ ਜੋ ਹਾਲੇਲੂਇਆ ਸ਼ਬਦ ਦੇ ਨਾਲ ਭੱਦਾ ਮਜ਼ਾਕ ਕੀਤਾ ਗਿਆ, ਉਹ ਗੱਲ ਹਜੇ ਠੰਡੀ ਨਹੀਂ ਸੀ ਹੋਈ। ਔਰ ਇੱਕ ਲੱਖਾ ਸਿਧਾਣਾ ਕੋਈ ਹੈਗਾ ਜਿਹਨੇ ਕੱਲ੍ਹ ਹਾਲੇਲੂਇਆ ਸ਼ਬਦ ਨੂੰ ਬਹੁਤ ਹੀ ਬੇਤੁਕੇ ਤਰੀਕੇ ਦੇ ਨਾਲ ਉਹਨੇ ਹਲਾਲੂਇਆ ਸ਼ਬਦ ਜਿਹੜਾ ਬੋਲਿਆ, ਔਰ ਸਾਡੇ ਇਸ ਸ਼ਬਦ ਦੀ ਉਹਨੇ ਬੇਅਦਬੀ ਕੀਤੀ ਆ, ਔਰ ਅਸੀਂ ਉਹਨਾਂ ਤਿੰਨਾਂ ਦੇ ਔਰ ਪਲੱਸ ਲੱਖਾਂ ਸਿਧਾਣਾ ਦੇ ਖਿਲਾਫ ਅਸੀਂ ਅੱਜ ਮੈਮੋਰੈਂਡਮ ਦੇ ਦਿੱਤਾ ਆ, ਔਰ ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਦੇ ਉੱਤੇ ਸਖ਼ਤ ਤੋਂ ਸਖ਼ਤ ਜਿਹੜੀ ਆ ਉਹ ਕਾਰਵਾਈ ਕੀਤੀ ਜਾਵੇ। ਹਾਂ, ਇਸ ਤੋਂ ਅਗਰ ਇਹਨਾਂ ਦੇ ਵਿਰੁੱਧ ਕਾਰਵਾਈ ਨਹੀਂ ਹੁੰਦੀ ਤਾਂ ਸਾਡਾ ਨੈਕਸਟ ਸਟੈਪ ਜਿਹੜਾ ਆ ਉਹ ਅਸੀਂ ਪੂਰਾ ਪੂਰੇ ਜਾਹੋ ਜਲਾਲ ਦੇ ਨਾਲ ਅਸੀਂ ਪੂਰਾ ਸੰਘਰਸ਼ ਕਰਾਂਗੇ। ਇਹ ਕੱਲ੍ਹ ਇੱਕ ਵੀਡੀਓ ਜਿਹੜੀ ਆ ਉਹ ਵਾਇਰਲ ਹੋਈ ਆ, ਸੋਸ਼ਲ ਮੀਡੀਆ ਦੇ ਉੱਪਰ ਆਈ ਆ, ਔਰ ਉਹ ਜਿਹੜਾ ਸਾਡਾ ਪਵਿੱਤਰ ਸ਼ਬਦ ਹੈਲੇਲੂਇਆ ਉਹਨੂੰ ਹਲਾਲੂਇਆ ਕਰਕੇ ਬੋਲਦਾ ਹੈ। ਇਸ ਕਰਕੇ ਅਸੀਂ ਸਾਨੂੰ ਇਹ ਸ਼ਬਦ ਜਿਹੜਾ ਉਹਨੇ ਗਲਤ ਤਰੀਕੇ ਦੇ ਨਾਲ ਬੋਲਿਆ ਉਹਦੇ ਨਾਲ ਸਾਨੂੰ ਬੜਾ ਦੁੱਖ ਹੋਇਆ ਆ, ਔਰ ਅਸੀਂ ਮੰਗ ਕਰਦੇ ਹਾਂ ਕਿ ਇਹਦੇ ਵਿਰੁੱਧ ਔਰ ਉਹਨਾਂ ਤਿੰਨਾਂ ਦੇ ਵਿਰੁੱਧ ਸਖ਼ਤ ਤੋਂ ਸਖ਼ਤ ਜਿਹੜੀ ਆ ਉਹ ਕਾਰਵਾਈ ਕੀਤੀ ਜਾਵੇ। ਦੇਖੋ, ਅਸੀਂ ਇਸ ਚੀਜ਼ ਨੂੰ ਅਸੀਂ ਚਾਹੁੰਦੇ ਹਾਂ ਵੀ ਟਵਿੱਟਰ ਦੇ ਉੱਪਰ ਨਹੀਂ, ਉਹ ਸਾਡੇ ਲੋਕਾਂ ਦੇ ਵਿਚਕਾਰ ਆ ਕੇ, ਉਹ ਮਸੀਹ ਭਾਈਚਾਰੇ ਦੇ ਸਾਹਮਣੇ ਆ ਕੇ ਉਹ ਮਾਫ਼ੀ ਮੰਗੇ, ਤਾਂ ਹੀ ਮਾਫ਼ੀ ਦਿੱਤੀ ਜਾਵੇਗੀ। ਅਗਰ ਅਦਰਵਾਈਜ਼ ਟਵਿੱਟਰ ਦੇ ਉੱਤੇ ਅਸੀਂ ਇਸ ਗੱਲ ਦੇ ਨਾਲ ਕੋਈ ਵੀ ਸਾਡਾ ਸਮਝੌਤਾ ਨਹੀਂ। ਉਧਰ ਦੂਜੇ ਪਾਸੇ DCP ਨੇ ਈਸਾਈ ਭਾਈਚਾਰੇ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਹੈ ਤੇ ਕਿਹਾ ਕਿ ਉਹ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਕਰਨਗੇ। ਮੈਂ ਲਫ਼ਜ਼ਾਂ ਨੂੰ ਜਿਹੜਾ ਮਤਲਬ ਉਹ ਵਿਗਾੜ ਤਗਾੜ ਕੇ ਜਾਂ ਉਹਨੂੰ ਭੰਨ ਤੋੜ ਕੇ ਕੁਛ ਬੋਲਿਆ ਸੀਗਾ, ਜਿਹਨਾਂ ਸੰਬੰਧੀ ਸਿਰਫ ਅੰਮ੍ਰਿਤਸਰ ਦਿਹਾਤੀ ਦੇ ਵਿੱਚ ਕੇਸ ਰਜਿਸਟਰ ਹੋ ਚੁੱਕਾ ਹੈ, ਔਰ ਉਹਦੇ ਸੰਬੰਧੀ ਜਿਹੜੀ ਤਰਤੀਬ ਚੱਲ ਰਹੀ ਹੈਗੀ ਆ, ਔਰ ਕੁਛ ਦਿਨ ਸਾਡੇ ਤੋਂ ਪਹਿਲਾਂ ਕੁਛ ਦਿਨ ਪਹਿਲਾਂ ਵੀ ਡੈਪੂਟੇਸ਼ਨ ਪੇਸ਼ ਹੋਏ ਸੀਗੇ, ਔਰ ਸਾਡੇ ਕਮਿਸ਼ਨਰ ਸਾਹਿਬ ਨੇ ਜਿਹੜਾ ਉੱਥੇ SSP ਸਾਹਿਬ ਨਾਲ ਗੱਲ ਕੀਤੀ ਆ, ਔਰ ਇਨਵੈਸਟੀਗੇਸ਼ਨ ਪ੍ਰੋਪਰ ਚੱਲ ਰਹੀ ਹੈਗੀ ਆ, ਔਰ ਉਹ ਬੰਦਿਆਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅੱਜ ਪੰਜਾਬ ਕ੍ਰਿਸਚਨ ਮੂਵਮੈਂਟ ਦੇ ਪ੍ਰਧਾਨ ਜਿਹੜੇ ਹਮੀਰ ਮਸ਼ੀਰ ਜੀ, ਚੇਅਰਮੈਨ ਸਾਹਿਬ ਸਾਡੇ ਸਾਰੇ ਯੂਨਾਈਟਿਡ ਫਰੰਟ ਦੇ ਆਏ ਹੋਏ ਆ, ਤੋ ਇਹਨਾਂ ਨੇ ਵੀ ਮੋਰੈਂਡਮ ਦਿੱਤਾ, ਇਹਨੂੰ ਅਸੀਂ ਪ੍ਰੋਪਰ ਉੱਥੇ ਇਨਵੈਸਟੀਗੇਸ਼ਨ ਦੇ ਵਿੱਚ ਭੇਜਾਂਗੇ, ਇਹਦੀ ਪ੍ਰੋਪਰ ਕਾਰਵਾਈ ਹੋਵੇਗੀ।
ਔਰ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਸਰ ਇੱਕ ਲੱਖਾ ਸਿਧਾਣਾ ਦੇ ਖਿਲਾਫ ਵੀ ਹੈ, ਉਹ ਵੀ ਦੱਸ ਦਿਓ। ਲੱਖਾ ਸਿਧਾਣ ਵਾਲਾ ਜਿਹੜੀ ਇਹਨਾਂ ਵੀਡੀਓ ਸਾਨੂੰ ਭੇਜੀ, ਅਸੀਂ ਉਹਨੂੰ ਚੈੱਕ ਕਰ ਲੈਂਦੇ ਹਾਂ ਔਰ ਜੋ ਬਣਦਾ ਦੇਖਾਂਗੇ ਉਹ ਸਾਰਾ ਵੈਰੀਫਾਈ ਕਰ। ਦਰਅਸਲ ਹੁਣ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਸਮਾਜ ਸੇਵੀ ਲੱਖਾ ਸਿਧਾਣਾ ਵੱਲੋਂ ਈਸਾਈ ਧਰਮ ਨੂੰ ਲੈ ਕੇ ਟਿੱਪਣੀ ਕੀਤੀ ਜਾ ਰਹੀ ਹੈ। ਇਸ ਲਈ ਈਸਾਈ ਭਾਈਚਾਰੇ ਨੇ ਲੱਖਾ ਸਿਧਾਣਾ ਦੇ ਉੱਪਰ ਕਾਰਵਾਈ ਨਾ ਹੋਣ ਤੇ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਦਿੱਤੀ ਹੈ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਲੱਖਾ ਸਿਧਾਣਾ ਦੀਆਂ ਮੁਸ਼ਕਲਾਂ ਜ਼ਰੂਰ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਜਲੰਧਰ ਤੋਂ ਪਨੀਤ ਅਰੋੜਾ ਦੀ ਰਿਪੋਰਟ, ਲੋਕ ਰੰਗ ਪੰਜਾਬੀ ਚੈਨਲ।